ਅੱਜ ਹੀ ਡਾਊਟਨਟ ਐਪ ਡਾਊਨਲੋਡ ਕਰੋ। ਡਾਊਟਨਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, now the question is estimate each of the following using general rule 730 plus 998. Hun sanu 730 plus 998 da sum find out karna hai, estimate find out karni hai. So estimate find out karni using general rule. So estimate apa kivein find out karde hai ki sanu jo terms given hundi hai ohnu apa round off karke ohna di nearest value likhde hai. Nearest value likh ke apa calculation easy karke fir ohnu agge apa solve karde hai. So ਜਿਹਦਾ 730 ਆ, ਸੋ ਇਹਦੀ ਨੀਅਰੈਸਟ ਵੈਲਿਊ ਕਿਆ ਆ ਜਾਊਗੀ ਰਾਊਂਡ ਆਫ ਕਰੋਗੇ ਤਾਂ 730 ਤੇ ਕਿਆ ਬਣ ਜਾਊਗਾ 700 ਪਲੱਸ 998, ਇਹਦੀ ਨੀਅਰੈਸਟ ਵੈਲਿਊ ਤੇ ਰਾਊਂਡ ਆਫ ਕਰਕੇ ਕਿਆ ਆ ਜਾਊਗਾ ਸਾਡੇ ਕੋਲ 1000। ਸੋ 1000 ਪਲੱਸ 700 ਕਿੰਨਾ ਆਨਸਰ ਆ ਗਿਆ ਸਾਡੇ ਕੋਲ 1700। ਸੋ ਸਾਡੇ ਐਸਟੀਮੇਟ ਵੈਲਿਊ ਆ ਗਈ ਹੈ 1700। ਥੈਂਕ ਯੂ।